ਮੂਸੇਵਾਲਾ ਦੀ ਮਾਤਾ ਯਾਨੀ ਕਿ ਮਾਤਾ ਚਰਨ ਕੌਰ ਹੁਣ ਇੱਕ ਹੋਰ ਬੱਚੇ ਨੂੰ ਜਨਮ ਦੇਵੇਗੀ। ਇਹ ਖਬਰ ਜਦੋਂ ਦੀ ਸੁਣੀ ਹੈ ਤਾਂ ਸਿੱਧੂ ਨੂੰ ਚਾਹੁਣ ਵਾਲੇ ਆਪਣੀ ਖੁਸ਼ੀ ਨੂੰ ਅਲੱਗ ਅਲੱਗ ਤਰੀਕੇ ਨਾਲ ਬਿਆਨ ਕਰ ਰਹੇ ਨੇ। ਕਲਾਕਾਰ ਵੀ ਕੋਈ ਗਾ ਕੇ ਬਿਆਨ ਕਰ ਰਿਹਾ ਜਾਂ ਫਿਰ ਕੋਈ ਲਿਖ ਕੇ। ਹੁਣ ਗਾਇਕ ਜਸਵਿੰਦਰ ਬਰਾੜ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ ਜੋ ਕਿ ਆਉਣ ਵਾਲੇ ਮਾਤਾ ਚਰਨ ਕੌਰ ਦੇ ਦੂਸਰੇ ਬੱਚੇ ਦੇ ਉੱਤੇ ਲਿਖਿਆ ਤੇ ਗਾਇਆ ਗਿਆ ਹੈ। ਬਲਕੌਰ ਦਿਆ ਸ਼ੇਰਾ ਚਰਨ ਕੌਰ ਦਿਆ ਜਾਇਆ, ਕਿਹੜੇ ਅੰਬਰਾਂ ਤੇ ਜਾ ਕੇ ਤੂੰ ਇਹ ਸ਼ੁਭ ਕਰ ਪਾਇਆ। ਸੁਨੀ ਉਡੀਕੇ ਵੇ ਹਵੇਲੀ ਤੇਰਾ 59-11 ਬੇਲੀ, ਸਿੱਧੂ ਮੂਸੇ ਵਾਲਾ ਜੱਟਾ ਆ ਕੇ ਫੇਰ ਵੇ ਤੂੰ ਛਾ ਜਾ, ਵੇ ਤੂੰ ਵੱਡੇ ਪੈਰੀ ਗਏ ਹਾਏ ਨਿੱਕੇ ਪੈਰੀ ਆ ਜਾ। ਇਹ ਗਾਣਾ ਸਿੱਧੂ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਭਾਵੁਕ ਵੀ ਕਰਦਾ ਹੈ ਅਤੇ ਆਪਣੀ ਖੁਸ਼ੀ ਵੀ ਬਿਆਨ ਕਰਦਾ ਹੈ। ਕਰੀਬ 2 ਸਾਲ ਹੋ ਗਏ ਮੂਸੇ ਵਾਲਾ ਨੂੰ ਗਏ, ਪਰ ਅੱਜ ਵੀ ਉਸਦਾ ਇੰਤਜ਼ਾਰ ਹੁੰਦਾ ਹੈ, ਉਸਦਾ ਲੋਕਾਂ ਦੀਆਂ ਗੱਲਾਂ 'ਚ ਦਰਦ ਝਲਕਦਾ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਨੇ ਬੰਬੀਹਾ ਬੋਲੇ ਗਾਣੇ ਦੇ ਵਿੱਚ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ ਅਤੇ ਸਿੱਧੂ ਵੀ ਜਸਵਿੰਦਰ ਬਰਾੜ ਜੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਸੀ, ਪਰ ਜਸਵਿੰਦਰ ਬਰਾੜ ਵੱਲੋਂ ਵੀ ਸਿੱਧੂ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ ਅਤੇ ਜਸਵਿੰਦਰ ਬਰਾੜ ਦੇ ਇਸ ਗੀਤ ਨੇ ਫੇਰ ਤੋਂ ਲੋਕਾਂ ਨੂੰ ਇੱਕ ਵਾਰ ਹੋਰ ਭਾਵੁਕ ਕਰ ਦਿੱਤਾ ਹੈ। ਮੂਸੇਵਾਲਾ ਦੀ ਮਾਤਾ ਯਾਨੀ ਕਿ ਮਾਤਾ ਚਰਨ ਕੌਰ ਹੁਣ ਇੱਕ ਹੋਰ ਬੱਚੇ ਨੂੰ ਜਨਮ ਦੇਵੇਗੀ। ਇਹ ਖਬਰ ਜਦੋਂ ਦੀ ਸੁਣੀ ਹੈ ਤਾਂ ਸਿੱਧੂ ਨੂੰ ਚਾਹੁਣ ਵਾਲੇ ਆਪਣੀ ਖੁਸ਼ੀ ਨੂੰ ਅਲੱਗ ਅਲੱਗ ਤਰੀਕੇ ਨਾਲ ਬਿਆਨ ਕਰ ਰਹੇ ਨੇ। ਕਲਾਕਾਰ ਵੀ ਕੋਈ ਗਾ ਕੇ ਬਿਆਨ ਕਰ ਰਿਹਾ ਜਾਂ ਫਿਰ ਕੋਈ ਲਿਖ ਕੇ। ਹੁਣ ਗਾਇਕ ਜਸਵਿੰਦਰ ਬਰਾੜ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ ਜੋ ਕਿ ਆਉਣ ਵਾਲੇ ਮਾਤਾ ਚਰਨ ਕੌਰ ਦੇ ਦੂਸਰੇ ਬੱਚੇ ਦੇ ਉੱਤੇ ਲਿਖਿਆ ਤੇ ਗਾਇਆ ਗਿਆ ਹੈ। ਬਲਕੌਰ ਦਿਆ ਸ਼ੇਰਾ ਚਰਨ ਕੌਰ ਦਿਆ ਜਾਇਆ, ਕਿਹੜੇ ਅੰਬਰਾਂ ਤੇ ਜਾ ਕੇ ਤੂੰ ਇਹ ਸ਼ੁਭ ਕਰ ਪਾਇਆ। ਸੁਨੀ ਉਡੀਕੇ ਵੇ ਹਵੇਲੀ ਤੇਰਾ 59-11 ਬੇਲੀ, ਸਿੱਧੂ ਮੂਸੇ ਵਾਲਾ ਜੱਟਾ ਆ ਕੇ ਫੇਰ ਵੇ ਤੂੰ ਛਾ ਜਾ, ਵੇ ਤੂੰ ਵੱਡੇ ਪੈਰੀ ਗਏ ਹਾਏ ਨਿੱਕੇ ਪੈਰੀ ਆ ਜਾ। ਇਹ ਗਾਣਾ ਸਿੱਧੂ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਭਾਵੁਕ ਵੀ ਕਰਦਾ ਹੈ ਅਤੇ ਆਪਣੀ ਖੁਸ਼ੀ ਵੀ ਬਿਆਨ ਕਰਦਾ ਹੈ। ਕਰੀਬ 2 ਸਾਲ ਹੋ ਗਏ ਮੂਸੇ ਵਾਲਾ ਨੂੰ ਗਏ, ਪਰ ਅੱਜ ਵੀ ਉਸਦਾ ਇੰਤਜ਼ਾਰ ਹੁੰਦਾ ਹੈ, ਉਸਦਾ ਲੋਕਾਂ ਦੀਆਂ ਗੱਲਾਂ 'ਚ ਦਰਦ ਝਲਕਦਾ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਨੇ ਬੰਬੀਹਾ ਬੋਲੇ ਗਾਣੇ ਦੇ ਵਿੱਚ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ ਅਤੇ ਸਿੱਧੂ ਵੀ ਜਸਵਿੰਦਰ ਬਰਾੜ ਜੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਸੀ, ਪਰ ਜਸਵਿੰਦਰ ਬਰਾੜ ਵੱਲੋਂ ਵੀ ਸਿੱਧੂ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ ਅਤੇ ਜਸਵਿੰਦਰ ਬਰਾੜ ਦੇ ਇਸ ਗੀਤ ਨੇ ਫੇਰ ਤੋਂ ਲੋਕਾਂ ਨੂੰ ਇੱਕ ਵਾਰ ਹੋਰ ਭਾਵੁਕ ਕਰ ਦਿੱਤਾ ਹੈ। ਮੂਸੇਵਾਲਾ ਦੀ ਮਾਤਾ ਯਾਨੀ ਕਿ ਮਾਤਾ ਚਰਨ ਕੌਰ ਹੁਣ ਇੱਕ ਹੋਰ ਬੱਚੇ ਨੂੰ ਜਨਮ ਦੇਵੇਗੀ। ਇਹ ਖਬਰ ਜਦੋਂ ਦੀ ਸੁਣੀ ਹੈ ਤਾਂ ਸਿੱਧੂ ਨੂੰ ਚਾਹੁਣ ਵਾਲੇ ਆਪਣੀ ਖੁਸ਼ੀ ਨੂੰ ਅਲੱਗ ਅਲੱਗ ਤਰੀਕੇ ਨਾਲ ਬਿਆਨ ਕਰ ਰਹੇ ਨੇ। ਕਲਾਕਾਰ ਵੀ ਕੋਈ ਗਾ ਕੇ ਬਿਆਨ ਕਰ ਰਿਹਾ ਜਾਂ ਫਿਰ ਕੋਈ ਲਿਖ ਕੇ। ਹੁਣ ਗਾਇਕ ਜਸਵਿੰਦਰ ਬਰਾੜ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ ਜੋ ਕਿ ਆਉਣ ਵਾਲੇ ਮਾਤਾ ਚਰਨ ਕੌਰ ਦੇ ਦੂਸਰੇ ਬੱਚੇ ਦੇ ਉੱਤੇ ਲਿਖਿਆ ਤੇ ਗਾਇਆ ਗਿਆ ਹੈ। ਬਲਕੌਰ ਦਿਆ ਸ਼ੇਰਾ ਚਰਨ ਕੌਰ ਦਿਆ ਜਾਇਆ, ਕਿਹੜੇ ਅੰਬਰਾਂ ਤੇ ਜਾ ਕੇ ਤੂੰ ਇਹ ਸ਼ੁਭ ਕਰ ਪਾਇਆ। ਸੁਨੀ ਉਡੀਕੇ ਵੇ ਹਵੇਲੀ ਤੇਰਾ 59-11 ਬੇਲੀ, ਸਿੱਧੂ ਮੂਸੇ ਵਾਲਾ ਜੱਟਾ ਆ ਕੇ ਫੇਰ ਵੇ ਤੂੰ ਛਾ ਜਾ, ਵੇ ਤੂੰ ਵੱਡੇ ਪੈਰੀ ਗਏ ਹਾਏ ਨਿੱਕੇ ਪੈਰੀ ਆ ਜਾ। ਇਹ ਗਾਣਾ ਸਿੱਧੂ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਭਾਵੁਕ ਵੀ ਕਰਦਾ ਹੈ ਅਤੇ ਆਪਣੀ ਖੁਸ਼ੀ ਵੀ ਬਿਆਨ ਕਰਦਾ ਹੈ। ਕਰੀਬ 2 ਸਾਲ ਹੋ ਗਏ ਮੂਸੇ ਵਾਲਾ ਨੂੰ ਗਏ, ਪਰ ਅੱਜ ਵੀ ਉਸਦਾ ਇੰਤਜ਼ਾਰ ਹੁੰਦਾ ਹੈ, ਉਸਦਾ ਲੋਕਾਂ ਦੀਆਂ ਗੱਲਾਂ 'ਚ ਦਰਦ ਝਲਕਦਾ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਨੇ ਬੰਬੀਹਾ ਬੋਲੇ ਗਾਣੇ ਦੇ ਵਿੱਚ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ ਅਤੇ ਸਿੱਧੂ ਵੀ ਜਸਵਿੰਦਰ ਬਰਾੜ ਜੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਸੀ, ਪਰ ਜਸਵਿੰਦਰ ਬਰਾੜ ਵੱਲੋਂ ਵੀ ਸਿੱਧੂ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ ਅਤੇ ਜਸਵਿੰਦਰ ਬਰਾੜ ਦੇ ਇਸ ਗੀਤ ਨੇ ਫੇਰ ਤੋਂ ਲੋਕਾਂ ਨੂੰ ਇੱਕ ਵਾਰ ਹੋਰ ਭਾਵੁਕ ਕਰ ਦਿੱਤਾ ਹੈ।